ਕਤਮੀ ਕਹਾਣੀ ਈਸਵੇ ਦਾ ਪਾਣੀ ਪਰ ਚਲਣਾ। 5000 ਲੋਕਾਂ ਜੋ ਖਾਣਾ ਖਵਾਉਣੇ ਤੋਂ ਬਾਅਦ ਈਸਵੇ ਆਪਣੇ ਚੇਲਿਆਂ ਜੋ ਕਿਸ਼ਤੀਆਂ 'ਚ ਜਾਣੇ ਤਾਂ ਗਲਾਇਆ, ਤਿੰਨੀ ਤਿੰਨਾਂ ਜੋ ਝੀਲਾਂ ਦੇ ਦੋਵੇਂ ਪਾਸੇ ਚੱਲਣੇ ਤਾਂ ਗਲਾਇਆ। ਸ਼ਾਇਦ ਥੋੜ੍ਹੇ ਵਕਤੇ ਤਾਈਂ ਉੱਥੋਂ ਰੁਕੀ ਗਿਆ, ਪਰ ਚੇਲੇ ਚਲੀ ਗਏ। ਕਨੇ ਈਸਵੇ ਭੀੜਾ ਜੋ ਵਿਦਾ ਕੀਤਾ ਕਿ ਸੈ ਘਰੇ ਜਾਣ। ਇਸ ਤੋਂ ਬਾਅਦ ਈਸੂ ਪ੍ਰਾਰਥਨਾ ਕਰਨੇ ਤਾਈਂ ਇੱਕ ਪਹਾੜੇ ਪਰ ਚਲੀ ਗਿਆ। ਉੱਥੋਂ ਸੈ ਕਿਲਾ ਥਾ। ਕਨੇ ਤਿੰਨੀ ਦੇਰ ਰਾਤੀ ਤਿਕਰ ਪ੍ਰਾਰਥਨਾ ਕੀਤੀ। ਇਸ ਵਕਤ ਚੇਲੇ ਆਪਣੀਆਂ ਕਿਸ਼ਤੀਆਂ ਜੋ ਅੱਗੇ ਲਈ ਜਾ ਦੇ ਥੇ, ਅਪਰ ਹਵਾ ਤਿੰਨਾਂ ਦੇ ਖਿਲਾਫ ਬੜੀ ਜ਼ੋਰੇ ਨੇ ਚਲੀ ਥੀ। ਬੜੀ ਰਾਤ ਹੋਈ ਜਾਣੇ ਪਰ ਵੀ ਸੈ ਸਿਰਫ ਝੀਲਾਂ ਦੇ ਵਿੱਚ ਹੀ ਪੁੱਜੇ ਥੇ। ਇਸ ਵਕਤ ਈਸਵੇ ਪ੍ਰਾਰਥਨਾ ਕਰਨਾ ਬੰਦ ਕੀਤੀ। ਕਨੇ ਆਪਣੇ ਚੇਲਿਆਂ ਲਈ ਵਾਪਸ ਜਾਣਾ ਸ਼ੁਰੂ ਕੀਤਾ। ਸੈ ਕਿਸ਼ਤੀਆਂ ਦੇ ਪਾਸੇ ਜਾਣੇ ਤਾਈਂ ਪਾਣੀਏ ਉੱਪਰ ਚੱਲਣਾ ਲੱਗਾ। ਕੱਲੂ ਚੇਲਿਆਂ ਤਿਸੀ ਦਿਖਿਆ, ਸੈ ਬੜੇ ਵਾਰੀ ਡਰੀ ਗਏ, ਕਜੋ ਕਿ ਤਿੰਨੇ ਸੋਚਿਆ ਥਾ ਕਿ ਇਹ ਕੋਈ ਭੂਤ ਹੈ। ਈਸੂ ਜਾਣਦਾ ਥਾ ਕਿ ਸੈ ਡਰੀ ਗਈ ਉੱਥੇ। ਇਸ ਤਾਈਂ ਤਿੰਨੀ ਤਿੰਨਾਂ ਜੋ ਆਵਾਜ਼ ਦੇ ਕਰੀ ਗਲਾਇਆ, ਡਰਾ ਮਤ, ਇਹ ਮੈਂ। ਤਾਲੂ ਪਤਰਸ ਹੈ ਈਸਵੇ ਜੋ ਗਲਾਇਆ, ਹੇ ਪ੍ਰਭੂ, ਅਗਰ ਤੂੰ ਹੈ ਤਾਂ ਮਿੰਜੋ ਪਾਣੀ ਉੱਪਰ ਚੱਲੀ ਕਰੀ ਤੀਜੋ ਵੱਲੀ ਉਹਨੇ ਦਾ ਹੁਕਮ ਦੇ। ਈਸਵੇ ਪਤਰਸ ਜੋ ਗਲਾਇਆ, ਆਹ। ਪਰ ਪਤਰਸ ਕਿਸ਼ਤੀ ਤੇ ਉਤਰੀ ਗਿਆ। ਕਨੇ ਈਸਵੇ ਵੱਲੀ ਜਾਣੇ ਤਾਈਂ ਪਾਣੀ ਉੱਪਰ ਚੱਲਣਾ ਸ਼ੁਰੂ ਕੀਤਾ, ਅਪਰ ਥੋੜੀ ਦੂਰ ਜਾਈ ਕਰੀ ਤਿੰਨੀ ਆਪਣੀਆਂ ਅੱਖੀ ਜੋ ਈਸਵੇ ਤੇ ਫੇਰੀ ਲਿਆ। ਕਨੇ ਲਹਿਰਾਂ ਜੋ ਦਿਖਣਾ, ਕਨੇ ਤੇਜ਼ ਹਵਾ ਜੋ ਮਹਿਸੂਸ ਕਰਨਾ ਸ਼ੁਰੂ ਕਰੀ ਦਿੱਤਾ। ਤਾਲੂ ਪਤਰਸ ਡਰੀ ਗਿਆ, ਕਨੇ ਪਾਣੀ ਚ ਡੁੱਬਣਾ ਲੱਗਾ। ਹੇ ਪ੍ਰਭੂ, ਮਿੰਜੋ ਬਚਾ। ਈਸਵੇ ਤਿਸ ਵਕਤ ਹੱਥ ਵਧਾਈ ਕਰੀ ਤੁਸੀਂ ਉਹ ਪਕੜੀ ਲਿਆ। ਤਾਲੂ ਤਿੰਨੀ ਪਤਰਸੇ ਜੋ ਗਲਾਇਆ, ਤੇਰਾ ਵਿਸ਼ਵਾਸ ਬੜਾ ਘੱਟ ਹੈ, ਤੀਜੋ ਬਚਾਣੇ ਤਾਈਂ ਤੈ ਮਿੰਜੋ ਪਰ ਵਿਸ਼ਵਾਸ ਕਜੋ ਨਹੀਂ ਕੀਤਾ। ਤਾਲੂ ਈਸੂ ਕਨੇ ਪਤਰਸ ਕਿਸ਼ਤੀਆਂ ਪਰ ਚੜੀ ਗਏ। ਕਨੇ ਜੱਟ ਹਵਾ ਚੱਲਣਾ ਬੰਦ ਹੋਈ ਗਈ, ਪਾਣੀ ਸ਼ਾਂਤ ਹੋਈ ਗਿਆ। ਚੇਲਿਆਂ ਹੈਰਾਨ ਹੋਈ ਕਰੀ ਈਸਵੇ ਦੇ ਗਾਂ ਗੋਡੇ ਟੇਕੀ ਦਿੱਤੇ, ਤਿੰਨਾਂ ਤਿਸ ਦੀ ਆਰਾਧਨਾ ਕੀਤੀ। ਕਨੇ ਤਿਸ ਨੇ ਗਲਾਇਆ, ਸੱਚੀ ਤੂੰ ਪਰਮਾਤਮੇ ਦਾ ਪੁੱਤਰ ਹੈ।